बेनती करदा सरदार गौर प्रताप सिंह जी खुशालपुर वो ताडे रूबरू होणगे। वाहेगुरु जी की फतेह। बहुत बहुत धन्यवाद। शिक्षा के क्षेत्र गुरु शहर 100 कॉलेज नहीं सी।
ਕੱਲ ਅਸੀਂ ਆਪਣੇ ਬਟਾਲੇ ਪ੍ਰਾਸਪੁਰ ਵਿੱਚ ਸੂਬਾ ਪੁੱਜਿਆ ਸੀਗਾ ਅਤੇ ਉਸ ਬਹੁਤ ਗਰਮ ਸੇਕ ਮੈਂ ਬਹੁਤ ਨੇੜੇ ਸੀ ਉਸ ਸੂਬੇ ਦੇ ਜਿਹੜਾ ਕੌਮ ਦੇ ਅਦਾਰਾ ਦੇ ਉਹਦਾ ਸੇਕ ਬਹੁਤ ਖਿਆਲ ਰਹੇ ਅੰਦਰ ਔਰ ਅਚਾਨਕ ਉਸ ਤੋਂ ਬਾਅਦ ਜੇਕਰ ਆਪਾਂ ਗੱਡੀ 'ਚ ਬੈਠ ਗਿਆ ਰੇਜਿਸਟ੍ਰੇਸ਼ਨ ਅਤੇ ਤਾਂ ਮੈਨੂੰ ਸਭ ਫਿਰ ਉਸ ਵੇਲੇ ਮੇਰੇ ਚਾਰ ਸਾਢੇ ਚਾਰ ਪੰਜ ਵਜੇ ਮੈਨੂੰ ਬੁਖਾਰ ਤਾਂ ਚੜ ਗਿਆ ਅਤੇ ਨਾਲ ਮੇਰਾ ਗਲਾ ਵੀ ਫੜਿਆ ਗਿਆ ਇਸ ਲਈ ਅਗਰ ਤੁਹਾਨੂੰ ਇਹ ਲੱਗੇ ਕਿ ਮੇਰੀ ਆਵਾਜ਼ ਵਿੱਚ ਪੂਰਾ ਇਸ ਵਕਤ ਅੱਜ ਦਾ ਦਬ ਰਹੇਗਾ ਉਸ ਵੀ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਿਆ ਆਵਾਜ਼ ਦਾ ਵੋਲਿਊਮ ਤੁਹਾਨੂੰ ਥੋੜ੍ਹਾ ਰੈਡ ਬਹੁਤ ਉੱਚੀ ਹੈ ਸਟੇਜ ਉੱਪਰ ਸਾਡੇ ਬਹੁਤ ਆਦਰਣੀਏ ਸਰਕਾਰ ਤੋਂ ਐਮ ਐਲ ਏ ਪੀ ਏ ਸੀ ਦੇ ਮੈਂਬਰਸ ਪਾਰਟੀ ਦੇ ਬੜੇ ਅੱਛੇ ਆਦਮੀ ਬੈਠੇ ਨੇ ਪਰ ਕਦੀ ਇਹ ਨਹੀਂ ਤੁਸੀਂ ਸਮਝਣਾ ਕਿ ਜਿਹੜੇ ਇਸ ਪੰਡਾਲ ਦੇ ਬਹੁਤ ਦੇਰ ਤੋਂ ਸਾਡੇ ਥੱਲੇ ਬੈਠੇ ਨੇ ਪੁੱਜੇ ਇਹਨਾਂ ਦੀ ਕੋਈ ਕਦਰ ਕੀਮਤ ਕਰ ਮੋਗਾ ਮੈਂ ਕਨਵੈਨਸ਼ਨ ਕੀ ਗਈ ਹੈ ਆਮ ਆਦਮੀ ਦੇਖੋ ਮੋਗਾ 1,52,000 ਵੋਟ ਪਾਈ ਸੀਗੀ ਪ੍ਰੋਫੈਸਰ ਸਾਧੂ ਸਿੰਘ ਦੀ ਇਲੈਕਸ਼ਨ ਵਿੱਚ 2014 'ਚ ਆਪ ਮੋਹਾਲੀ ਅਤੇ ਦਿੱਲੀ ਵਾਲਿਆਂ ਦੀ ਨਲਾਇਕੀ ਨਾਲ ਉਹਨਾਂ ਦੇ ਜਿਹੜੇ ਸੂਬੇਦਾਰ ਆਏ ਸੀ ਉਹਨਾਂ ਨੇ 2017 ਵਿੱਚ ਅਸੈਂਬਲੀ ਦੀਆਂ 4 ਸੀਟਾਂ 'ਚੋਂ 3 ਹਾਰ ਇਸ ਲਈ ਅਸੀਂ ਮੋਗਾ ਵਿੱਚ ਇੱਕ ਦੀ ਕਨਵੈਨਸ਼ਨ ਕੀਤੀ ਹੈ ਇੱਕ ਵਾਰ ਫਿਰ ਐਂ ਨਜ਼ਰ ਆਉਂਦਾ ਜਿੱਦਾਂ 2016 ਦੀ ਜਿਹੜੀ ਜਨਤਰੀ ਦੀ ਮਾਘੀ ਦਾ ਮੂਡ ਸੀ ਪੁਰਾਣੇ ਪੁਰਾਣੇ ਲੋਕ ਨਿਕਲ ਕੇ ਘਰਾਂ 'ਚੋਂ ਆ ਗਏ ਉਸ ਸਮੇਂ ਬਹੁਤ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਅਸੀਂ ਸਮਝਦੇ ਕਿ ਇਸ ਮੁਹਿੰਮ ਦੇ ਨਾਲ ਅਸੀਂ ਪਾਰਟੀ ਨੂੰ ਬਹੁਤ ਮਜ਼ਬੂਤ ਕਰ ਰਹੇ ਕਿਉਂਕਿ ਜਿਹੜੇ ਅੱਜ ਸਾਡਾ ਵਿਰੋਧ ਕਰ ਰਹੇ ਨੇ ਦਿੱਲੀ ਦੀ ਵਕਾਲਤ ਕਰ ਰਹੇ ਨੇ ਉਹਨਾਂ ਨੇ ਤਾਂ 17 ਮਹੀਨੇ ਕੀਤਾ ਹੀ ਕੁਛ ਨਹੀਂ ਸੀ ਮੁੰਡਾ ਨੇ 18 ਅਤੇ 250 ਬੰਦਿਆਂ ਨੇ ਇਕੱਠਾ ਕੀਤਾ ਕਿਸੇ ਸ਼ਾਹਕੋਟ ਦੀ ਜਿੰਨੀ ਚੋਣ 1900 ਵੋਟ 'ਤੇ ਸਿਮਟ ਕੇ ਰਹਿ ਗਈ ਇਸ ਲਈ ਅਸੀਂ ਬਠਿੰਡੇ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਪੋਰਟ ਬਾਦਲ ਸਾਹਿਬ ਜਿੰਨਾ ਮਰਜ਼ੀ ਇਸ ਨੂੰ ਆਪਣੇ ਗੁਨਾਹ ਨੂੰ ਛੁਪਾ ਲੈਣ ਉਹ ਛੁਪਣਾ ਨਹੀਂ ਗਾ ਪਹਿਲੀ ਗੱਲ ਤਾਂ ਇਹ ਅੱਜ ਜੋ ਬਿਆਨ ਦੇ ਰਹੇ ਨੇ ਅਤੇ ਜਸਟਿਸ ਰਣਜੀਤ ਸਿੰਘ ਸਾਹਮਣੇ ਪੇਸ਼ ਕਰਨੀ ਹੋਈ ਉਹਦੇ ਤੱਥਾਂ ਨੂੰ ਝੁਠਲਾਓ ਨਾ ਕਿ ਤੁਹਾਡੀ 2 ਵਜੇ ਗੱਲ ਹੋਈ ਔਰ ਉਸ ਤੋਂ ਬਾਅਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਚੀਫ ਮਿਨਿਸਟਰ ਦੇ ਆਫਿਸ 'ਚੋਂ ਮੈਸੇਜਸ ਫੋਨਸ ਜਾਂਦੇ ਨੇ ਕਿ ਟੇਕ ਯੋਰ ਡਾਇਰੈਕਸ਼ਨ ਫਰੋਮ ਡੀ ਜੀ ਪੀ ਸੁਮੇਧ ਸਿੰਘ ਅਤੇ ਡਿਮੀਤ ਸੁਮੇਧ ਸਿੰਘ ਸੈਣੀ ਰਿਪੋਰਟ ਹੋਲਡ ਕਰਦੀ ਆ ਕਿ ਮੈਂ ਕੋਰਟ ਦਾ ਧਰਨਾ 5 ਮਿੰਟ 'ਚ ਚੁਪਾਤਾ ਗੋਲੀਆਂ ਮਾਰ ਕੇ ਬੰਦੇ ਮਾਰ ਦਿੱਤੇ ਰਾਈਵਲ ਕਲਾਸ ਸਿੱਖ ਮਾਰ ਦਿੱਤੇ ਸੋ ਬਾਦਲ ਪੁਤਲੇ ਸਾੜ ਕੇ ਇਸ ਗੱਲ 'ਚੋਂ ਆਪਣੀ ਰਿਸਪੋਂਸੀਬਿਲਿਟੀ ਤੋਂ ਭੱਜ ਨਹੀਂ ਸਕਦੇ ਗੁਨਾਹਗਾਰ ਨੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦਿੱਤਾ ਵਾ ਅਸੀਂ ਹਫ਼ਤੇ ਦੇ ਵਿੱਚ ਵਿੱਚ ਲਾਈਕ ਮਾਈਂਡਡ ਪੰਥਕ ਜਥੇਬੰਦੀਆਂ ਅਤੇ ਪੋਲੀਟੀਕਲ ਪਾਰਟੀ ਜਿਹਦੇ 'ਚ ਕਾਂਗਰਸ ਸੱਦਾਂਗੇ ਕਿਉਂਕਿ ਉਹਨਾਂ ਨੇ ਹੁਣ ਝੋਲੀਆਂ ਅੱਡ ਕੇ ਅਤੇ ਮਿੰਨਤਾਂ ਕੱਢ ਕੇ ਅਮਰਿੰਦਰ ਸਿੰਘ ਨੂੰ ਐਕਸ਼ਨ ਲਿਖਿਆ ਉਹਨਾਂ ਨੂੰ ਬੁਲਾਵਾਂਗੇ ਔਰ ਜੇ 40 ਦਿਨ ਦਾ ਅਲਟੀਮੇਟਮ ਦਿਆਂਗੇ 40 ਡੇਜ਼ ਟੂ ਟੇਕ ਐਕਸ਼ਨ ਅਗੇਂਸਟ ਬਾਦਲਸ ਨੋਮੀਨੇਟ ਦੇਮ ਇਨ ਦੀ FIR FIR ਨੰਬਰ 130 ਬਾਜਾਖਾਨਾ ਅੰਡਰ ਸੈਕਸ਼ਨ 120B ਆਫ ਦ ਕੋਨਸਪਿਰੇਸੀ ਆਫ ਕਿਲਿੰਗ ਪੀਪਲ ਟੂ ਸਿੱਖ ਯੂਥ ਔਰ ਇਹਨਾਂ ਨੂੰ ਨਾਮਜ਼ਦ ਕਰੋ ਸਾਰੇ ਬਾਦਲ ਛੋਟਾ ਬਾਦਲ ਸੁਮੇਧ ਸਿੰਘ ਸੈਣੀ ਅਤੇ ਜਿਹੜੇ ਦਰਜਨ ਤੋਂ ਉੱਤੇ ਜਸਟਿਸ ਰਣਜੀਤ ਸਿੰਘ ਨੇ ਕਿਹਾ ਨਹੀਂ ਕਰਨਗੇ ਤਾਂ ਅਸੀਂ 40 ਦਿਨ ਬਾਅਦ ਇੱਕ ਪੁਖਤਾ ਪ੍ਰੋਗਰਾਮ ਪੰਜਾਬ ਦੇ ਵਿੱਚ ਵੱਡਾ ਜਾਂ ਰੋਸ ਮੁਜ਼ਾਹਰਾ ਜਾਂ ਰੋਸ ਮਾਰਚ ਐਲਾਨ ਕਰਾਂਗੇ।